ਕੋਈ ਸ਼ੌਂਕ ਸੀ ਉਹਨੂੰ ਜੀ। ਬਾਕੀ ਪੜ੍ਹਾਈ ਦਾ ਤਾਂ ਦੋਨੇ ਭਰਾਵਾਂ ਨੂੰ ਸ਼ੌਂਕ ਸੀ ਜ਼ਿਆਦਾ ਜੀ। ਬਹੁਤ ਮਿਹਨਤ ਨਾਲ ਪੜ੍ਹੇ ਨੇ, ਪੜ੍ਹਾਈ ਵੀ ਮਿਹਨਤ ਨਾਲ ਹੀ ਸੀ ਜੀ। ਇੱਕ ਗਰੀਬ ਕਿਸਾਨ ਹਾਂ ਮੈਂ ਜੀ। ਬਹੁਤ ਸਾਰੇ ਪਿੰਡ ਦਾ ਸਾਡਾ ਨਾਂ ਰੋਸ਼ਨ ਕਰਤਾ ਜੀ ਉਹਨੇ, ਸਾਨੂੰ ਬਹੁਤ ਬਹੁਤ ਖੁਸ਼ੀ ਹੋਈ ਹੈ ਜੀ। ਸਾਨੂੰ ਸਾਡਾ ਭਤੀਜਾ ਗਾ ਗੋਲਡ ਮੈਡਲ ਮੈਡਲ ਜਿੱਤਿਆ ਉਹਨੇ, ਬੜੀ ਖੁਸ਼ੀ ਦੀ ਗੱਲ ਆ। ਸਾਨੂੰ ਜਾਂਦਾ ਕਹਿ ਕੇ ਵੀ ਗਿਆ ਸੀ ਕਿ ਮੈਂ ਚਾਚਾ ਜੀ ਜਿੱਤ ਕੇ ਆਊਂਗਾ। ਬਾਕੀ ਜਦੋਂ ਅੱਜ ਦਾ ਸੁਨੇਹਾ ਸਾਨੂੰ ਮਿਲਿਆ ਤਾਂ ਬੜੀ ਖੁਸ਼ੀ ਹੋਈ। ਸੁਨੀਲ ਸਿੰਘ ਸੁਹਾਗ ਦਾ ਚਾਚਾ ਜੀ, ਬਖਸ਼ਿੰਦਰ ਸਿੰਘ, ਅਤੇ ਬਿਲਕੁਲ ਸਧਾਰਨ ਅਸੀਂ ਕਿਸਾਨ ਪਰਿਵਾਰ ਨਾਲ ਸੰਬੰਧ ਹਾਂ ਜੀ। ਅਤੇ ਸਾਡਾ ਪਹਿਲਾਂ ਜਿਹੜਾ ਇਹ ਫੌਜ ਦਾ ਉਹਦਾ ਸੁਪਨਾ ਸੀ ਕਿ ਮੈਂ ਫੌਜ 'ਚ ਭਰਤੀ ਹੋਵਾਂ। ਪਹਿਲਾਂ ਉਹਦਾ ਵੱਡਾ ਬਰਾਦਰ ਵੀ ਫੌਜ 'ਚ ਹੈ ਜੀ। ਅਤੇ ਹੁਣ ਉਹਨੇ ਗੋਲਡ ਮੈਡਲ ਉੱਥੇ ਜਾ ਕੇ ਉਹਨੇ ਗੇਮ ਜੁਆਇਨ ਕਰੀ ਆ ਉੱਥੇ। ਪਹਿਲਾਂ ਦੇਸੀ ਜਿਵੇਂ ਆਪਾਂ ਮਾੜਾ ਮੋਟਾ ਕਬੱਡੀ ਮੁੰਡੇ ਖੇਡ ਲੈਂਦੇ ਹਾਂ, ਕਬੱਡੀ ਨਾਲ ਸੰਬੰਧ। ਸੁਖਮੀਤ ਦੀ ਮੰਮੀ, ਮੈਨੂੰ ਬਹੁਤ ਮਾਣ ਸੀ ਉਹਦੇ ਬੇਟੇ ਦੇ, ਕਹਿ ਕੇ ਗਿਆ ਸੀ ਉਹ ਵੀ ਸਾਨੂੰ ਤੱਕ ਮੈਂ ਦਿੱਖ ਕੇ ਆਵਾਂਗੀ। ਅਤੇ ਬਹੁਤ ਫੌਜ 'ਚ ਭਰਤੀ ਹੋ ਗਈ ਜੀ, ਉਹ ਸਿੱਖਿਆ ਇਹ ਖੇਡਾਂ। ਅਤੇ ਬਹੁਤ ਸਾਨੂੰ ਮਾਣ ਹੈ, ਦੋਨੇ ਬੇਟੇ ਮੇਰੇ ਆਰਮੀ 'ਚ ਨੇ, ਦੇਸ਼ ਦੀ ਸੇਵਾ ਕਰ ਰਹੇ, ਨਾਲ ਨਾਲ ਖੇਡਾਂ 'ਚ ਨਾਂ ਰੋਸ਼ਨ ਕਰੇ। ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਸਾਰੇ ਬੱਚੇ ਪੰਜਾਬ ਦੇ ਹੀ ਆਪਦੇ ਮਾਂ ਪਿਓ ਦਾ ਅਸੀਂ ਰੋਸ਼ਨ ਨਾ ਕਰਨ, ਦੇਸ਼ ਦਾ ਆਪਣਾ ਨਸ਼ੇ ਛੱਡਣ, ਖੇਡਾਂ ਵੱਲ ਧਿਆਨ ਦੇਣ। ਮੇਰੇ ਪੋਤੇ ਨੇ ਜੀ ਉੱਧਰ ਜਾ ਕੇ, ਇੱਧਰੋਂ ਕਬੱਡੀ ਥੋੜ੍ਹੀ ਮੋਟੀ ਖੇਡਦਾ ਸੀ, ਉੱਥੇ ਜਾ ਕੇ ਜੀ ਆਪਦਾ ਉੱਥੇ ਖੇਡ ਕੇ ਉੱਥੇ ਆਪਦਾ ਨਾਮ ਉੱਚਾ ਕਰਿਆ। ਅਤੇ ਸਾਨੂੰ ਕਹਿ ਕੇ ਗਿਆ ਵੀ ਮੈਂ ਜੀ ਆਪਣੇ ਪਿੰਡ ਦਾ ਨਾਂ ਰੋਸ਼ਨ ਕਰੂੰਗਾ, ਜਾ ਕੇ ਮੈਂ ਸਿਉਨੇ ਦਾ ਤਗਮਾ ਲੈ ਕੇ ਆਊਂਗਾ। ਇੱਥੋਂ ਕਹਿ ਕੇ ਤੁਰਿਆ ਸੀ ਜੀ। ਸਾਨੂੰ ਬਹੁਤ ਬਹੁਤ ਖੁਸ਼ੀ ਹੈ, ਸਾਡੀ ਮਾਨਸਾ ਜ਼ਿਲ੍ਹੇ 'ਚ ਸਾਡੇ ਨਗਰ 'ਚ ਬਹੁਤ ਨਾਂ ਰੋਸ਼ਨ ਕਰਤਾ ਉਹਨੇ।